नमस्कार, फास्ट न्यूज इंडिया में आपका स्वागत है। कपूरथला के गांव जैद के गुरुद्वारा बाबा मक्खन शाह लुबाना में गोलक हुआ चोरी। रात के 1:40 का समय और चोर बड़े इत्मीनान से गुरुद्वारे की गोलक उड़ाकर ले गए। आप वारदात की सीसीटीवी फुटेज अपने स्क्रीन पर देख सकते हैं। गुरुद्वारे के पाठी का कहना है कि गोलक में करीब 40 से 45 हज़ार रुपये होंगे और इससे पहले भी चोरी की वारदातें इस गुरुद्वारा में हो चुकी हैं। चोरों ने गोलक के ताले गुरुघर के कुछ दूर जाकर तोड़े और नकदी पर हाथ साफ किया। इससे पहले भी गुरुद्वारे में चोरी की वारदातें होने के बावजूद कभी कोई कार्रवाई नहीं की गई। गांव के कुछ नुमाइंदों का कहना है कि यदि इस बार भी पुलिस ने चोरों को नहीं पकड़ा तो धरना प्रदर्शन किया जाएगा। कपूरथला से रुपिंदर सिंह की रिपोर्ट। वाहेगुरु जी का खालसा, वाहेगुरु जी की फतेह। मैं भाई सतनाम सिंह अपने पिंड जैदा तो गुरद्वारा बाबा मक्खन शाह लबाणी तो ग्रंथी सिंह बोलदा जी। ये बीती रात ना साडे गुरद्वारा साहब अणपछाते चोरों वालों गोलक चोरी की गई है। तो इस गोलक दे विच तकरीबन 40 से 50 हज़ार का आइडिया सानू के माया सीगी। तो उन्होंने ताले तड़ मेन ताले जिहड़े दरवाजे ते भन के ते साइड तो गोलक चोरी करके निकले ने। तो असी उन्हां दी भाल कर रहे हैं। प्रशासन का साथ सानू चाहिए। वाहेगुरु जी का खालसा। एक चाली ते हुई है जी, राती 1:40 ते चोरां ने ताले तोड़े है ते चोरी करके लै गए गोलक। असी मंग करते हैं जी इन्हां नूं जल्दी तो जल्दी गिरफ्तार किया जाए। प्रशासन के कोलों साडी यही मंग है ता कि साडा जिहड़ा पिंड दा हालात है वह चंगे सुधर सकन। ਵਾਹਿਗੁਰੂ ਜੀ ਕਾ। ਹਾਂਜੀ ਭਾਈ, ਜਿਹੜਾ ਇੱਕ ਮਾਮਲਾ ਚੋਰੀ ਦਾ ਸਾਹਮਣੇ ਆਇਆ ਉਹਦੇ ਬਾਰੇ ਤੁਸੀਂ ਜੀ? ਭਾਜੀ ਮੈਂ ਪਿੰਡ ਜੈਤੋਂ ਦਲਜੀਤ ਸਿੰਘ ਟੋਨੀ। ਇਹ ਗੁਰਦੁਆਰਾ ਸਾਡਾ ਲਵਾਣਾ ਸਿੰਘ ਮੱਖਣ ਬਾਬਾ ਮੱਖਣ ਸਿੰਘ ਲਵਾਣੇ ਦਾ। ਅਤੇ ਮੈਂ ਇਹਦੇ ਵਿੱਚ ਇੱਕ ਹੀ ਗੱਲ ਕਰਨਾ ਚਾਹੁੰਦਾ ਕਿ ਜਦੋਂ ਇਹ ਤੀਜੀ ਚੋਰੀ ਹੋ ਚੁੱਕੀ ਹੈ ਸਾਡੇ ਇੱਥੇ ਗੁਰਦੁਆਰਾ ਸਾਹਿਬ, ਕੋਈ ਕਾਰਵਾਈ ਨਹੀਂ ਹੋਈ, ਕੁਛ ਨਹੀਂ ਹੋਇਆ। ਸਾਡੀ ਜਿਹੜੀ ਕਮੇਟੀ ਵੀ ਨਾ ਗੁਰਦੁਆਰਾ ਸਾਹਿਬ ਦੀ, ਉਹਨਾਂ ਨੇ ਵੀ ਕੋਈ ਐਕਸ਼ਨ ਨਹੀਂ ਲਿਆ ਤਿੰਨਾਂ ਚੋਰੀਆਂ 'ਚ। ਅਤੇ ਮੈਨੂੰ ਜਦੋਂ ਮੈਂ ਇੱਥੋਂ ਆਇਆ ਸੈਰ ਕਰਕੇ ਮੈਨੂੰ ਪਤਾ ਲੱਗਾ ਅਤੇ ਮੈਂ ਪੁਲਿਸ ਨੂੰ ਫੋਨ ਕੀਤਾ ਅਤੇ ਪੁਲਿਸ ਆਈ ਇੱਥੇ। ਇਸ ਕਰਕੇ ਮੈਂ ਤੁਹਾਡੇ ਅੱਗੇ ਰਿਕੁਐਸਟ ਕਰਦਾ ਸਾਰੇ ਪਿੰਡ ਵੱਲੋਂ, ਅਤੇ ਸਾਡੇ ਜਿਹੜੇ ਗੁਰੂ ਘਰ ਦੇ ਵਿੱਚ ਸਾਡੇ ਪਿਓ ਦੇ ਘਰ ਚੋਰੀ ਹੋਈ ਨਾ, ਸਾਡੇ ਘਰ ਚੋਰੀ ਹੋਈ ਆ। ਜਿਹੜਾ ਇੱਕ ਗੁਰਦੁਆਰਾ ਸਾਹਿਬ ਸਾਡਾ ਪਿਓ ਦਾ ਘਰ ਹੈ ਜਿੱਥੇ ਸਾਡੇ ਗੁਰੂ ਗ੍ਰੰਥ ਸਾਹਿਬ ਬੈਠੇ ਆ, ਅਤੇ ਮੇਰੀ ਅਪੀਲ ਆ ਤੁਹਾਡੇ ਤੱਕ ਕਿ ਜੇ ਪ੍ਰਸ਼ਾਸਨ ਮਦਦ ਨਹੀਂ ਸਾਡੀ ਕਰੇਗਾ ਅਸੀਂ ਧਰਨੇ ਲਾਵਾਂਗੇ, ਸਭ ਕੁਝ ਕਰਾਂਗੇ, ਪਰ ਐਤਕਾਂ ਬੰਦਾ ਲੱਭ ਕੇ ਛੱਡਾਂਗੇ। ਇਹ ਮੈਂ ਤੁਹਾਡੇ ਸਾਹਮਣੇ ਕਹਿ ਰਿਹਾ, ਅੱਜ ਮੈਂ ਅਪੀਲ ਕਰ ਰਿਹਾ ਪ੍ਰਸ਼ਾਸਨ ਨੂੰ, ਜੇ ਮੇਰੀ ਮਦਦ ਕਰ ਸਕਦੇ ਹੋ ਤਾਂ ਕਰਿਓ। ਵੀ ਸਾਡੇ ਗ੍ਰੰਥੀ ਸਾਹਿਬ, ਸਾਡੀਆਂ ਮਾਵਾਂ ਸਾਰੇ ਇੱਥੇ ਖੜ੍ਹੇ ਆ, ਸਾਡੇ ਜਿਹੜੇ ਪ੍ਰਧਾਨ ਜਿਹੜੇ ਜੀਤਪਾਲ ਸਿੰਘ ਜੀ ਉਹ ਵੀ ਨਹੀਂ ਆਏ। ਇਹ ਹੈਗੇ ਆਪਣੇ ਬਿਲਕੁਲ ਕਰਤਾ ਧਰਤਾ ਇਸ ਗੁਰਦੁਆਰਾ ਸਾਹਿਬ ਤੋਂ ਸੇਵਾਦਾਰ, ਇਹਨਾਂ ਨੇ ਗੁਰਦੁਆਰਾ ਚਲਾਇਆ ਉਦੋਂ ਦਾ। ਅਤੇ ਮੈਂ ਜਦੋਂ ਸਵੇਰੇ ਦੇਖਿਆ ਇਹਨਾਂ ਨੇ ਮੈਨੂੰ ਕਾਲ ਕੀਤੀ ਤਾਂ ਗੋਲਕ ਮਿਲੀ ਸਾਨੂੰ ਇੱਥੋਂ ਅੱਧਾ ਕਿਲੋਮੀਟਰ ਤੋਂ ਪਿੱਛੇ ਮੋਟਰ ਤੋਂ, ਅਸੀਂ ਉੱਥੋਂ ਗੋਲਕ ਚੱਕੀ ਅਤੇ ਇਸ ਕਰਕੇ ਉੱਥੋਂ ਗੋਲਕ ਲੈ ਕੇ ਆਏ। ਅਤੇ ਤੁਹਾਡੇ ਅੱਗੇ ਬੇਨਤੀ ਹੈ ਪ੍ਰਸ਼ਾਸਨ ਦੇ ਵੀ ਜੇ ਤੁਸੀਂ ਮਦਦ ਕਰਨੀ ਠੀਕ ਆ, ਨਹੀਂ ਤਾਂ ਨਾ ਕਰ ਦਿਓ, ਅਸੀਂ ਫਿਰ ਧਰਨੇ ਲਾਉਣੇ ਸ਼ੁਰੂ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਜਗੀਰ ਕੌਰ ਹਾਂ। ਮੈਂ ਬਸ ਹੋਰ ਤਾਂ ਬਹੁਤਾ ਨਹੀਂ ਕੁਛ ਕਹਿੰਦੀ, ਇਹ ਕਹਿੰਦੀ ਹਾਂ ਕਿ ਗੁਰੂ ਘਰ ਜੋ ਚੋਰੀ ਹੋਈ ਹੈ ਅਤੇ ਚਲੋ ਕੋਈ ਨਹੀਂ, ਉਹ ਤਾਂ ਸਾਡੇ ਪਿਤਾ ਜੀ ਗੁਰੂ ਗਰੀਬ ਨਿਵਾਜ਼ ਹੈ, ਉਹਨਾਂ ਕੋਲੋਂ ਤਾਂ ਭਾਵੇਂ ਲੱਖਾਂ ਰੁਪਈਏ ਹੋਣ ਅਤੇ ਉਹ ਤਾਂ ਵੀ ਆਪਣੇ ਆਪ ਨੂੰ ਗੁਰੂ ਗਰੀਬ ਨਿਵਾਜ਼ ਅਖਵਾਉਂਦੇ ਆ। ਪਰ ਅਸੀਂ ਇੱਕ ਗੱਲ ਦੀ ਸਾਨੂੰ ਬਹੁਤ ਦੁੱਖ ਹੈ, ਬਹੁਤ ਜ਼ਿਆਦਾ ਸਾਨੂੰ ਟੈਨਸ਼ਨ ਵੀ ਸਾਡੇ ਗੁਰੂ ਘਰ ਬੂਟਾਂ ਸਣੇ ਅੰਦਰ ਵੜ ਕੇ ਜੋ ਚੋਰਾਂ ਨੇ ਚੋਰੀ ਕੀਤੀ, ਸਾਨੂੰ ਇਸ ਗੱਲ ਦੀ ਬਹੁਤ ਜ਼ਿਆਦਾ ਸਾਨੂੰ ਦੁੱਖ ਹੈ। ਜਾਣ ਕੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਸ਼ਾਸਨ ਵੀ ਜਲਦੀ ਕਾਰਵਾਈ ਕਰੇ। ਬਸ ਸਾਡੀ ਇਹ ਹੀ ਮੰਗ ਹੈ ਵੀ ਇਹ ਤੀਸਰੀ ਵਾਰੀ ਗੁਰੂ ਘਰ ਦੇ ਵਿੱਚ ਚੋਰੀ ਹੋਈ ਹੈ ਅਤੇ ਜੋ ਵੀ
ਇਹ ਸਾਡੇ ਵੀਰ ਪੁੱਤਰ ਸਾਡੇ ਜੋ ਵੀ ਕਹਿੰਦੇ ਆ ਪ੍ਰਸ਼ਾਸਨ ਕੋਲੋਂ, ਅਤੇ ਉਹ ਜ਼ਰੂਰੀ ਸਾਡੀ ਕਾਰਵਾਈ ਹੋਣੀ ਚਾਹੀਦੀ, ਅਤੇ ਸਾਡੀ ਬੇਨਤੀ ਹੈ ਵੀ ਜ਼ਰੂਰ ਸੁਣਨ ਸਾਡੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।